ਹੈਲੋ ਦੋਸਤੋ, ਡਿਜੀਟਲ ਕਲਾਸਰੂਮ ਵਿੱਚ ਤੁਹਾਡਾ ਸਵਾਗਤ ਹੈ। ਤਾਂ ਕਾਫੀ ਸਾਰੇ ਕੈਂਡੀਡੇਟਸ ਮੈਨੂੰ ਬਾਰ ਬਾਰ ਮੈਸੇਜ ਕਰਕੇ ਪੁੱਛ ਰਹੇ ਸੀਗੇ ਕਿ ਕੀ ਸਾਡਾ ਜੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਇਗਜ਼ਾਮ ਹੈ ਕੀ ਉਹ 22 ਦਸੰਬਰ ਨੂੰ ਕੰਡਕਟ ਕਰਵਾਇਆ ਜਾਣਾ ਜਾਂ ਫਿਰ ਨਹੀਂ ਕੰਡਕਟ ਕਰਵਾਇਆ ਜਾਣਾ। ਤਾਂ ਉਹਨਾਂ ਸਾਰੇ ਹੀ ਕੈਂਡੀਡੇਟਸ ਲਈ ਮੈਂ ਜ਼ਰੂਰੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋ ਚੁੱਕਿਆ। ਤਾਂ ਮੈਂ ਤੁਹਾਨੂੰ ਵਿਦ ਪਰੂਫ ਦੱਸੂੰਗਾ ਕਿ ਬਾਕੀ ਤੁਹਾਡਾ ਜੋ ਇਗਜ਼ਾਮ ਹੈ ਕੀ ਉਹ 22 ਦਸੰਬਰ ਨੂੰ ਕੰਡਕਟ ਕਰਵਾਇਆ ਜਾਣਾ ਜਾਂ ਫਿਰ ਨਹੀਂ ਕੰਡਕਟ ਕਰਵਾਇਆ ਜਾਣਾ। ਕਿਉਂਕਿ ਕੈਂਡੀਡੇਟਸ ਨੇ ਇਹ ਜੋ ਵੀਡੀਓ ਹੈ ਯੂਟਿਊਬ ਦੇ ਉੱਤੇ ਵੇਖੀ ਸੀਗੀ, ਯੂਟਿਊਬਰਸ ਕਹਿ ਰਹੇ ਸੀਗੇ ਕਿ ਉਹ 22 ਦਸੰਬਰ ਨੂੰ ਇਗਜ਼ਾਮ ਡੇਟ ਅਨਾਊਂਸ ਕਰ ਦਿੱਤੀ ਗਈ ਹੈ, ਲੇਕਿਨ ਉਹਨਾਂ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪਰੂਫ ਨਹੀਂ ਸੀਗਾ। ਅਤੇ ਮੇਰੇ ਕੋਲ ਜੋ ਪਰੂਫ ਹੈ ਉਹ RTI ਦਾ ਪਰੂਫ ਹੈ। ਮੈਂ RTI ਇਹਨਾਂ ਨੂੰ ਪਾਈ ਸੀਗੀ ਅਤੇ ਉਸ ਦੇ ਤਹਿਤ ਮੈਨੂੰ ਇੱਕ ਕੰਟੈਕਟ ਨੰਬਰ ਦਿੱਤਾ ਸੀਗਾ ਇਸ ਡਿਪਾਰਟਮੈਂਟ ਦਾ, ਅਤੇ ਉਸ ਡਿਪਾਰਟਮੈਂਟ ਦੇ ਉੱਤੇ ਜਦੋਂ ਮੈਂ ਕਾਲ ਕਰਕੇ ਪੁੱਛੀ ਅਤੇ ਉਹਦੀ ਰਿਕਾਰਡਿੰਗ ਮੇਰੇ ਕੋਲ ਹੈਗੀ ਹੈ ਅਤੇ ਉਹ ਮੈਂ ਤੁਹਾਡੇ ਸਾਹਮਣੇ ਰੱਖੂੰਗਾ। ਠੀਕ ਹੈ, ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਮੈਂ RTI ਪਾਈ ਸੀਗੀ ਉਹ 4/12/2019 ਨੂੰ ਪਾਈ ਸੀਗੀ। ਹਾਲੇ ਜੋ RTI ਹੈ ਉਸਦਾ ਕੋਈ ਵੀ ਜਵਾਬ ਨਹੀਂ ਆਇਆ, ਲੇਕਿਨ ਜਦੋਂ ਆਪਾਂ RTI ਫਾਈਲ ਕਰਦੇ ਹਾਂ ਔਨਲਾਈਨ ਤਾਂ ਆਪਾਂ ਨੂੰ ਉਸ ਡਿਪਾਰਟਮੈਂਟ ਦਾ ਨੰਬਰ ਦੇ ਦਿੱਤਾ ਜਾਂਦਾ ਹੈ ਅਤੇ ਉਸ ਡਿਪਾਰਟਮੈਂਟ ਦੇ ਨੰਬਰ 'ਤੇ ਜਾ ਕੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੁੰਦੇ ਹੋ ਜੋ ਵੀ ਸਵਾਲ ਜਵਾਬ ਤੁਹਾਡਾ ਹੁੰਦਾ। ਠੀਕ ਹੈ, ਤਾਂ ਤੁਹਾਡਾ ਜੋ RTI ਮੈਂ ਫਾਈਲ ਕੀਤੀ ਸੀਗੀ ਉਸਦਾ ਜੋ ਰਜਿਸਟ੍ਰੇਸ਼ਨ ਨੰਬਰ ਹੈ ਇੱਥੇ ਤੁਸੀਂ ਵੇਖ ਸਕਦੇ ਹੋ, ਅਤੇ ਇੱਥੇ ਜੋ ਨਾਮ ਜਿਸ ਨੇ RTI ਫਾਈਲ ਕੀਤੀ ਉਸਦਾ ਨਾਮ ਹੈ ਅਮਨਦੀਪ ਗਰਗ। ਤਾਂ ਤੁਸੀਂ RTI ਇੱਥੇ ਵੇਖ ਸਕਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਵੇਖ ਸਕਦੇ ਹੋ ਕਿ ਜੋ RTI ਪਾਈ ਗਈ ਹੈ ਇਹ ਚੰਡੀਗੜ੍ਹ ਰੀਜਨਲ ਇੰਪਲੋਇਮੈਂਟ ਐਕਸਚੇਂਜ ਨੂੰ ਪਾਈ ਗਈ ਹੈ, ਜੋ ਕਿ ਚੰਡੀਗੜ੍ਹ ਦੇ ਵਿੱਚ ਜੇਕਰ ਕੋਈ ਵੀ ਵੈਕੈਂਸੀਜ਼ ਆਊਟ ਹੁੰਦੀ ਹੈ ਤਾਂ ਉਸ ਨੂੰ ਕੰਡਕਟ ਕਰਵਾਉਂਦਾ। ਠੀਕ ਹੈ, ਅਤੇ ਇੱਥੇ ਜੋ ਟੈਲੀਫੋਨ ਨੰਬਰ ਮੈਨੂੰ ਦਿੱਤਾ ਗਿਆ ਇਹ UT ਚੰਡੀਗੜ੍ਹ ਰੀਜਨਲ ਇੰਪਲੋਇਮੈਂਟ ਐਕਸਚੇਂਜ ਦਾ ਮੈਨੂੰ ਨੰਬਰ ਦਿੱਤਾ ਗਿਆ, ਉਹਨਾਂ ਦੀ ਇਹ ਈਮੇਲ ID ਹੈ। ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ 10 ਰੁਪਏ ਜੋ RTI ਦੀ ਫੀਸ ਹੁੰਦੀ ਹੈ ਉਹ ਮੈਂ ਪੇ ਕੀਤੀ ਹੈ, ਆਹ ਮੇਰਾ ਪੇਮੈਂਟ ਦਾ ਰੈਫਰੈਂਸ ਨੰਬਰ ਹੈ। ਠੀਕ ਹੈ, ਤਾਂ ਸਭ ਕੁਝ RTI ਪਾਉਣ ਤੋਂ ਬਾਅਦ ਜੋ ਮੈਨੂੰ ਇਹ ਨੰਬਰ ਮਿਲਿਆ ਇਸ ਦੇ ਉੱਤੇ ਮੈਂ ਕੰਟੈਕਟ ਕੀਤਾ, ਅਤੇ ਇਸ ਦੇ ਉੱਤੇ ਜਦੋਂ ਮੈਂ ਕੰਟੈਕਟ ਕੀਤਾ ਤਾਂ ਮੈਂ ਉਹਨਾਂ ਨੂੰ ਕੁਛ ਸਵਾਲ ਪੁੱਛੇ ਕਿ ਕੀ ਇਗਜ਼ਾਮ ਡੇਟ ਵਾਕਈ ਹੀ 22 ਦਸੰਬਰ ਹੈ। ਅਤੇ ਉਸ ਤੋਂ ਬਾਅਦ ਮੇਰਾ ਸੈਕਿੰਡ ਸਵਾਲ ਸੀਗਾ ਕਿ ਇਗਜ਼ਾਮ ਜੇਕਰ 22 ਦਸੰਬਰ ਨੂੰ ਕੰਡਕਟ ਕਰਵਾਇਆ ਜਾਣਾ ਹੈ ਤਾਂ ਕੀ ਉਸ ਦੇ ਵਿੱਚ ਜੋ ਸਿਲੇਬਸ ਹੈ ਉਹ ਕਿਸ ਤਰ੍ਹਾਂ ਦਾ ਹੋਊਗਾ, ਕੀ ਪ੍ਰੀ ਇਗਜ਼ਾਮ ਹੋਊਗਾ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ 2 ਇਗਜ਼ਾਮ ਹੋਣੇ, ਇੱਕ ਸੁਬਹਾ ਇਗਜ਼ਾਮ ਹੋਣੇ, ਇੱਕ ਸ਼ਾਮ ਨੂੰ ਇਗਜ਼ਾਮ ਹੋਣੇ। ਅਤੇ ਉਸ ਤੋਂ ਬਾਅਦ ਮੈਂ ਹੋਰ ਵੀ ਉਹਨਾਂ ਨੂੰ ਸਵਾਲ ਪੁੱਛੇ, ਤਾਂ ਮੈਂ ਰਿਕਾਰਡਿੰਗ ਤੁਹਾਨੂੰ ਵਿਖਾਉਣੇ, ਅਤੇ ਰਿਕਾਰਡਿੰਗ ਦੇ ਉੱਤੇ ਆਪਾਂ ਚੱਲਦੇ ਹਾਂ। ਤਾਂ ਇੱਥੇ ਜਿਹੜਾ ਤੁਸੀਂ ਇਹ ਕਾਲ ਰਿਕਾਰਡਿੰਗ ਵੇਖ ਰਹੇ ਹੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਅਤੇ ਮੇਰੇ ਵਿਚਕਾਰ ਜੋ ਕਾਲ ਰਿਕਾਰਡਿੰਗ ਹੋਈ ਸੀਗੀ ਉਹ ਕਾਲ ਰਿਕਾਰਡਿੰਗ ਹੈ, ਲੇਕਿਨ ਇੱਥੇ ਮੈਂ ਇਹਨਾਂ ਦਾ ਜੋ ਨੰਬਰ ਆ ਉਸ ਨੂੰ ਰੀਨੇਮ ਕਰ ਦਿੱਤਾ, ਉਸਦੇ ਜੋ ਪਿਛਲੇ 4 ਡਿਜਿਟ ਸੀਗੇ ਉਸ ਨੂੰ ਰਿਮੂਵ ਕਰ ਦਿੱਤਾ। ਉਹਦਾ ਕਾਰਨ ਇਹ ਹੈ ਕਿ ਜੇਕਰ ਮੈਂ ਇੱਥੇ ਤੁਹਾਨੂੰ ਉਹਨਾਂ ਦਾ ਜੋ ਕੰਟੈਕਟ ਨੰਬਰ ਆ ਉਸ ਨੂੰ ਸ਼ੋਅ ਕਰ ਦਿੰਦਾ ਤਾਂ ਕਾਫੀ ਸਾਰੇ ਕੈਂਡੀਡੇਟਸ ਵਾਰ ਵਾਰ ਇਹਨਾਂ ਨੂੰ ਕੰਟੈਕਟ ਕਰਕੇ ਅਲੱਗ ਅਲੱਗ ਸਵਾਲ ਪੁੱਛਦੇ, ਅਤੇ ਹੋ ਸਕਦਾ ਕਿ ਫਿਊਚਰ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਕਾਲ ਕਰਦਾ ਤਾਂ ਇਹ ਮੇਰਾ ਜੋ ਕਾਲ ਆ ਉਸ ਨੂੰ ਪਿੱਕ ਨਾ ਕਰਦੇ। ਠੀਕ ਹੈ, ਤਾਂ ਇਸੇ ਕਰਕੇ ਮੈਂ ਇਹਨਾਂ ਦੇ ਜੋ 4 ਡਿਜਿਟ ਨੇ ਪਿਛਲੇ ਉਸ ਨੂੰ ਰਿਮੂਵ ਕਰ ਦਿੱਤਾ, 0 ਤੋਂ ਬਾਅਦ ਵਾਲੇ ਜੋ 4 ਡਿਜਿਟ ਸੀਗੇ ਉਸ ਨੂੰ ਰਿਮੂਵ ਕਰ ਦਿੱਤਾ। ਅਤੇ ਪਿਛਲੀ ਜੋ ਮੈਂ ਤੁਹਾਨੂੰ ਇੱਕ ਈਮੇਲ ਦਿਖਾਈ ਸੀਗੀ ਉਸ ਦੇ ਵਿੱਚ ਵੀ ਮੈਂ ਇਹਨਾਂ ਦੇ ਜੋ ਪਿਛਲੇ 4 ਨੰਬਰ ਆ ਉਸ ਨੂੰ ਰਿਮੂਵ ਕਰ ਦਿੱਤਾ ਸੀਗਾ। ਠੀਕ ਹੈ, ਉਸ ਨੂੰ ਹਾਈਡ ਕਰ ਦਿੱਤਾ ਸੀਗਾ। ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਕਾਲ ਰਿਕਾਰਡਿੰਗ ਆਪਾਂ ਕਰਦੇ ਹਾਂ ਉਹ ਇਸ ਫੋਲਡਰ ਦੇ ਵਿੱਚ ਹੁੰਦੀ ਹੈ, ਲੇਕਿਨ ਇਸ ਫੋਲਡਰ ਦੇ ਵਿੱਚੋਂ ਮੈਂ ਕੱਟ ਕਰਕੇ ਇਸ ਨੂੰ ਬਾਹਰ ਰੱਖ ਲਿਆ। ਉਹਦਾ ਵੀ ਕਾਰਨ ਇਹੀ ਹੈ ਕਿ ਕਾਫੀ ਸਾਰੀਆਂ ਹੋਰ ਵੀ ਕਾਲ ਰਿਕਾਰਡਿੰਗਸ ਨੇ ਜਿਹੜੀਆਂ ਕਿ ਮੇਰੀ ਇਸ ਕਾਲ ਰਿਕਾਰਡਿੰਗ ਵਾਲੇ ਫੋਲਡਰ ਦੇ ਵਿੱਚ ਹੈਗੀਆਂ, ਜੋ ਕਿ ਮੇਰੇ ਦੋਸਤਾਂ ਦੇ ਨੰਬਰਾਂ ਦੀ ਹੈ, ਤਾਂ ਉਹ ਨੰਬਰ ਜੋ ਮੈਂ ਤੁਹਾਨੂੰ ਸ਼ੋਅ ਨਹੀਂ ਕਰਨਾ ਚਾਹੁੰਦਾ, ਇਸੇ ਕਰਕੇ ਮੈਂ ਇਸ ਨੂੰ ਬਾਹਰ ਰੱਖ ਦਿੱਤਾ। ਠੀਕ ਹੈ, ਤਾਂ ਜਦੋਂ ਮੈਂ ਆਪਣਾ ਫੋਨ ਕਾਲ ਰਿਕਾਰਡ 'ਤੇ ਲਾਇਆ ਤਾਂ ਉਸ ਵੇਲੇ ਆਲਰੇਡੀ ਮੈਂ ਕੁਛ ਕੁ ਗੱਲਾਂ ਪੁੱਛ ਚੁੱਕਿਆ ਸੀ ਇਹਨਾਂ ਨੂੰ, ਜਿਵੇਂ ਕਿ ਕੀ ਇਹ ਚੰਡੀਗੜ੍ਹ ਇੰਪਲੋਇਮੈਂਟ ਐਕਸਚੇਂਜ ਦਾ ਨੰਬਰ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਇਹ ਵੀ ਮੈਂ ਪੁੱਛ ਚੁੱਕਿਆ ਸੀਗਾ ਕਿ ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਲਰਕ ਅਤੇ ਸਟੈਨੋ ਬਾਰੇ ਜਾਣਕਾਰੀ ਲੈਣਾ ਚਾਹੁੰਦਾ, ਅਤੇ ਕਲਰਕ ਅਤੇ ਸਟੈਨੋ ਇੱਥੋਂ ਸਟੈਨੋ ਤੋਂ ਬਾਅਦ ਇਹ ਜੋ ਪੂਰੀ ਕਾਲ ਰਿਕਾਰਡਿੰਗ ਆ ਮੈਂ ਤੁਹਾਨੂੰ ਸੁਣਾਉਂਦਾ। ਠੀਕ ਹੈ, ਸਟੈਨੋ ਟਾਈਪ ਦੀਆਂ ਨਿਕਲੀ ਥੀ। ਹਾਂਜੀ ਹਾਂਜੀ ਮੈਮ, ਉਹਨਾਂ ਦਾ ਜੋ ਐਗਜ਼ਾਮ ਹੈ ਕੀ ਉਹ 22 ਦਸੰਬਰ ਨੂੰ ਹੋਣਾ ਐਗਜ਼ਾਮ? ਐਸਾ ਹੈ, ਮੈਂ ਤਾਂ ਅਖੇਰ ਜੇ ਮੁਝੇ ਵੈਸੇ ਤੋਂ ਕੱਲ ਹੀ ਪਤਾ ਲਗਾ ਕਿ 22 ਕੋ ਹੀ ਹੈ। ਹਾਂਜੀ ਮੈਮ, ਹਾਂ 22 ਕੋ ਹੀ ਹੈ। ਅੱਛਾ ਮੈਮ, 22 ਦਸੰਬਰ ਕੋ ਹੀ ਹੋਗਾ। ਔਰ ਇਹ ਜੋ ਐਗਜ਼ਾਮ ਹੈ ਇਹ ਪ੍ਰੀ ਮੇਨ ਮੇ ਹੋਗਾ ਜਾਂ ਫਿਰ ਇੱਕ ਐਗਜ਼ਾਮ ਹੋਗਾ? ਦੋ ਹੈ, ਦੋ ਸੁਬਹ ਔਰ ਸ਼ਾਮ ਕੋ। ਅੱਛਾ ਮੈਮ, ਠੀਕ ਹੈ। ਇਸਕਾ ਮਤਲਬ ਜੋ ਮੇਨ ਐਗਜ਼ਾਮ ਹੋਣਾ ਥਾ 200 ਮਾਰਕਸ ਕਾ ਵੋ ਹੋਗਾ? ਦੋ ਐਗਜ਼ਾਮ ਹੋਗੇ ਮੈਮ ਤੋ ਆਫਟਰਨੂਨ ਮੇ ਹੋਗਾ ਦੋ ਐਗਜ਼ਾਮ ਹੋਗੇ ਓਕੇ ਮੈਮ ਤੋ ਆਨਲਾਈਨ ਔਰ ਆਫਲਾਈਨ ਯੇ ਭੀ ਆਪਕੋ ਬਤਾ ਸਕਤੇ ਹੈਂ ਥੋੜਾ ਥੈਂਕ ਯੂ।
ओके जी। ਤਾਂ ਜਿਵੇਂ ਕਿ ਤੁਸੀਂ ਇੱਥੇ ਵੇਖਿਆ ਕਿ ਤੁਹਾਡਾ ਜੋ ਇਗਜ਼ਾਮ ਹੈ ਉਹ 22 ਦਸੰਬਰ ਨੂੰ ਹੀ ਕੰਡਕਟ ਕਰਵਾਇਆ ਜਾਣਾ ਹੈ ਅਤੇ ਦੋ ਸ਼ਿਫਟਾਂ ਦੇ ਵਿੱਚ ਕੰਡਕਟ ਕਰਵਾਇਆ ਜਾਣਾ ਹੈ, ਸੁਬਹਾ ਵਾਲੀ ਅਤੇ ਸ਼ਾਮ ਵਾਲੀ। ਸੁਬਹਾ ਵਾਲੀ ਜੋ ਸ਼ਿਫਟ ਹੈ ਉਹਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਪਹਿਲੇ 3 ਸਬਜੈਕਟਾਂ ਦਾ ਤੁਹਾਡਾ ਇਗਜ਼ਾਮ ਹੋਣਾ ਹੈ ਰਿਟਨ, ਮਤਲਬ ਕਿ ਪੇਪਰ ਏ ਹੋਣਾ, ਅਤੇ ਉਸ ਤੋਂ ਬਾਅਦ ਜੋ ਸ਼ਾਮ ਵਾਲੀ ਸ਼ਿਫਟ ਹੈ ਤੁਹਾਡਾ ਉਹਦੇ ਵਿੱਚ ਪੇਪਰ ਬੀ ਹੋਣਾ, ਜਿਹਦੇ ਵਿੱਚ ਮੈਥ, ਰੀਜਨਿੰਗ ਅਤੇ ਤੁਹਾਡੀ ਸਟੈਟਿਕਸ ਹੋਣੀ ਹੈ। ਠੀਕ ਹੈ, ਤਾਂ ਸੁਬਹਾ ਵਾਲੀ ਦੇ ਵਿੱਚ ਇੰਗਲਿਸ਼, GK ਅਤੇ ਕੰਪਿਊਟਰ ਹੋਣਾ, ਅਤੇ ਸ਼ਾਮ ਵਾਲੀ ਦੇ ਵਿੱਚ ਮੈਥ, ਰੀਜਨਿੰਗ ਅਤੇ ਸਟੈਟਿਕਸ ਹੋਣੀ ਹੈ। ਠੀਕ ਹੈ, ਤਾਂ ਤੁਹਾਡਾ ਜੋ ਇਗਜ਼ਾਮ ਹੈ ਜਿਵੇਂ ਪਿਛਲੇ ਸਾਲ ਹੋਇਆ ਸੀ ਉੱਦਾਂ ਹੀ ਆਫਲਾਈਨ ਤੁਹਾਡਾ ਇਗਜ਼ਾਮ ਹੋਣਾ, ਅਤੇ ਇਹੀ ਜਾਣਕਾਰੀ ਇਹਨਾਂ ਨੇ ਆਪਾਂ ਨੂੰ ਦਿੱਤੀ ਹੈ। ਬਾਕੀ ਇੱਕ ਵਾਰ ਫਿਰ ਮੈਂ ਇਹਨਾਂ ਨੂੰ ਕਾਲ ਕਰਕੇ ਜੋ ਪੂਰੀ ਜਾਣਕਾਰੀ ਇੱਕ ਵਾਰ ਫਿਰ ਲੈਣ ਦੀ ਕੋਸ਼ਿਸ਼ ਕਰੂੰਗਾ। ਬਾਕੀ ਜੋ ਨੋਟੀਫਿਕੇਸ਼ਨ ਹੈ ਉਹ ਕੱਲ੍ਹ ਜਾਂ ਪਰਸੋਂ ਇਹਨਾਂ ਦੀ ਓਫੀਸ਼ੀਅਲ ਸਾਈਟ ਦੇ ਉੱਤੇ ਅਪਲੋਡ ਕਰ ਦਿੱਤਾ ਜਾਊਗਾ, ਨੋਟੀਫਿਕੇਸ਼ਨ ਵੀ ਮੈਂ ਤੁਹਾਡੇ ਸਾਹਮਣੇ ਰੱਖ ਦੂੰਗਾ। ਤਾਂ ਪੂਰੀ ਜਾਣਕਾਰੀ ਜੋ ਮੈਂ ਤੁਹਾਨੂੰ ਦਿੱਤੀ ਹੈ ਵਿਦ ਪਰੂਫ ਦਿੱਤੀ ਹੈ, ਬਾਕੀ ਸਾਰੇ ਯੂਟਿਊਬ ਦੇ ਉੱਤੇ ਚੈਨਲ ਜੋ ਆ ਉਹ ਕਿਤੇ ਨਾ ਕਿਤੇ ਉਹਨਾਂ ਨੇ ਤੁਹਾਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਪਰੂਫ ਨਹੀਂ ਦਿੱਤਾ। ਠੀਕ ਹੈ, ਅਤੇ ਇਸੇ ਕਰਕੇ ਮੈਂ ਤੁਹਾਡੇ ਲਈ ਪਰੂਫ ਲੈ ਕੇ ਆਇਆ, ਅਤੇ ਤੁਹਾਡੀ ਜੋ ਇਗਜ਼ਾਮ ਹੈ ਉਹ 22 ਦਸੰਬਰ ਨੂੰ ਵਾਕਈ ਹੀ ਹੈ, ਅਤੇ ਤੁਸੀਂ ਆਪਣੀ ਜੋ ਤਿਆਰੀ ਅੱਜ ਤੋਂ ਹੀ ਸਟਾਰਟ ਕਰ ਦਿਓ। ਇਹੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀ, ਅਤੇ ਹੁਣ ਆਪਾਂ ਮਿਲਦੇ ਫਿਰ ਨੈਕਸਟ ਵੀਡੀਓ ਲੈਸਨ ਵਿੱਚ। ਥੈਂਕ ਯੂ।